ਅਸੀਂ ਪਹੁੰਚੇ ਆਂ ਪੰਜਾਬ ਦੇ ਉਸ ਪਿੰਡ ਦੇ ਵਿੱਚ ਜੋ ਦਰਿਆ ਦੇ ਬਿਲਕੁਲ ਉੱਤੇ ਵਸਦਾ ਹੈ ਇਹ ਪਿੰਡ ਹੈ ਨਵਾਂ ਖੈਰਾ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਹੋਵੋਗੇ ਕੈਮਰਾਮੈਨ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਨਗੇ ਦਰਿਆ ਦੇ ਉੱਤੇ ਵਸਦੇ ਇਸ ਪਿੰਡ ਦੀਆਂ ਇਹ ਉਹ ਘਰ ਨੇ ਜਿੱਥੇ ਲੋਕ ਵਸਦੇ ਨੇ ਇਹ ਡੰਗਰ ਦੇਖ ਸਕਦੇ ਹੋ ਪਸ਼ੂ ਦੇਖ ਸਕਦੇ ਹੋ ਤੁਸੀਂ ਔਰ ਤੁਹਾਨੂੰ ਆਮ ਜਿਹਾ ਲੱਗ ਰਿਹਾ ਹੋਊਗਾ ਕਿ ਆਮ ਪਿੰਡ ਵੀ ਐਸੇ ਪਿੰਡ ਹੀ ਹੁੰਦੇ ਨੇ ਸੱਜੇ ਹੱਥ ਖੇਤ ਐ ਝੋਨਾ ਖੜਾ ਐ ਤਸਵੀਰਾਂ ਤੇ ਨਜ਼ਰ ਮਾਰ ਸਕਦੇ ਹੋ ਤੁਸੀਂ ਪਰ ਅਗਲੀ ਗੱਲ ਜੋ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਤੁਹਾਨੂੰ ਪਰੇਸ਼ਾਨ ਕਰੂਗੀ ਪਿੰਡ ਦੇ ਵਿੱਚ ਡਰ ਦਾ ਮਾਹੌਲ ਐ ਡਰ ਦਾ ਮਾਹੌਲ ਕਿਉਂ ਐ ਕਿਉਂਕਿ ਲਗਭਗ 10 ਮੀਟਰ ਦੀ ਦੂਰੀ ਵੀ ਨਹੀਂ ਹੋਣੀ ਜੇ ਕੈਮਰਾਮੈਨ ਤੁਹਾਨੂੰ ਦਿਖਾ پا ਰਹੇ ਆ ਤਾਂ ਜਿੱਥੇ ਅਸੀਂ ਖੜੇ ਆ ਇਹ ਪਿੰਡ ਦੇ ਬਿਲਕੁਲ ਵਿਚਾਲੇ ਖੜੇ ਆ ਪਿੰਡ ਦੇ ਇਧਰ ਘਰ ਨੇ ਤੁਸੀਂ ਦੇਖੇ ਨੇ ਖੱਬੇ ਹੱਥ ਫਸਲ ਖੜੀ ਹੈ ਖੇਤ ਹੈ ਔਰ ਸਾਹਮਣੇ ਦਰਿਆ ਵਗ ਰਿਹਾ ਹੈ 10 ਮੀਟਰ ਦੀ ਦੂਰੀ ਤੇ ਦਰਿਆ ਵਗ ਰਿਹਾ ਔਰ ਜੇਕਰ ਦਰਿਆ ਹੋਰ ਚੜੇ ਆਉਂਦਾ ਹੈ ਸਤਲੁਜ ਦਰਿਆ ਹੈ ਤਾਂ ਸਭ ਤੋਂ ਪਹਿਲਾਂ ਇਹੀ ਪਿੰਡ ਡੁੱਬਣ ਦਾ ਖਤਰਾ ਹੈ ਪਿੰਡ ਦੇ ਵਿੱਚ ਇੱਕ ਡਰਦਾ ਮਾਹੌਲ ਬਣਿਆ ਹੋਇਆ ਔਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਦਰਿਆ ਬਹੁਤ ਦੂਰ ਵਗਦਾ ਸੀ ਪਰ ਹੁਣ ਜਦੋਂ ਦਰਿਆ ਚੜਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਪਿੰਡ ਤੋਂ ਕਿੰਨੀ ਨੇੜੇ ਵਗ ਰਿਹਾ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜੋ ਸਫੈਦੇ ਖੜੇ ਨੇ ਇਹ ਪਿੰਡ ਦੇ ਵਿੱਚ ਆਉਂਦੇ ਨੇ ਦਰਿਆ ਇਸ ਤੋਂ ਪਾਰ ਵਗਦਾ ਹੁੰਦਾ ਆਮ ਤੌਰ ਤੇ ਪਰ ਹੁਣ ਅਸੀਂ ਬਿਲਕੁਲ ਦਰਿਆ ਦੇ ਉੱਤੇ ਪਹੁੰਚੇ ਆਏ ਤਸਵੀਰਾਂ ਦਰਿਆ ਦੀਆਂ ਨੇ ਇਹ ਦਰਿਆ ਦੀਆਂ ਤਸਵੀਰਾਂ ਔਰ ਪਿੱਛੇ ਨਵਾਂ ਖਹਿਰਾ ਪਿੰਡ ਹੈ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲਾਂ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਉਣਗੇ ਦਰਿਆ ਦੀਆਂ ਤਸਵੀਰਾਂ ਦੇਖੋ ਔਰ ਤੁਹਾਨੂੰ ਅੰਦਾਜ਼ਾ ਹੋਊਗਾ ਕਿ ਕਿੰਨੀ ਨੇੜੇ ਪਿੰਡ ਦੇ ਪਾਣੀ ਪਹੁੰਚ ਚੁੱਕਿਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਹੋਣ ਦੀ ਗੱਲ ਕਹੀ ਗਈ ਸੀ ਪਰ ਇਸ ਪਿੰਡ ਦੇ ਵਿੱਚ ਇੱਥੇ ਪਾਣੀ ਆ ਚੁੱਕਿਆ ਹੈ ਔਰ ਪਿੱਛੇ ਤਸਵੀਰਾਂ ਜੋ ਦੇਖ ਰਹੇ ਹੋ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਕੈਮਰਾ ਕੁਮਾਕੇ ਤੁਹਾਨੂੰ ਨਜ਼ਰ ਦਿਖਾਉਣ ਕਿ ਕਿੱਥੋਂ ਤੱਕ ਜਿਹੜਾ ਉਹ ਪਾਣੀ ਆ ਗਿਆ ਔਰ ਸਾਹਮਣੇ ਪਿੰਡ ਨਵਾ ਖੈਰਾ ਸੋ ਇਹ ਤਸਵੀਰਾਂ ਇਹ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਕਿਉਂਕਿ ਜੇਕਰ ਦਰਿਆ ਹੋਰ ਚੜਦਾ ਹੈ ਤੋ ਦਰਿਆ ਦਾ ਇਹ ਪਾਣੀ ਇਸੇ ਰਾਤ ਉਹ ਇਹੀ ਜਿਹੜਾ ਬੰਨ ਸੀਗਾ ਇੱਥੇ ਇਹ ਪਾਣੀ ਜਿਹੜਾ ਇਹ ਪਿੰਡ ਤੱਕ ਜਾ ਸਕਦਾ ਹੈ ਪਿੰਡ ਵਾਸੀ ਕੋਈ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਰਾਬਤਾ ਕਰਨ ਦੀ ਕਿੰਨਾ ਕੁ ਪਾਣੀ ਹੁੰਦਾ ਜੀ ਅੱਗੇ ਪਾਣੀ ਬਹੁਤ ਆ ਜਾਂਦਾ ਬਹੁਤ ਜ਼ਿਆਦਾ ਆ ਜਾਂਦਾ ਕੋਈ ਡਰ ਵਾਲੀ ਗੱਲ ਤੁਹਾਨੂੰ ਲੱਗ ਰਹੀ ਹੈ ਹੁਣ ਉਹ ਤਾਂ ਹੁਣ ਤਾਂ ਜੇ ਹੈ ਨਹੀਂ ਜੇ ਜ਼ਿਆਦਾ ਆਵੇ ਫਿਰ ਡਰ ਵਾਲੀ ਆ ਹੋਰ ਚੜ ਜਾਂਦਾ ਤਾਂ ਡਰ ਵਾਲੀ ਗੱਲ ਆ ਡਰ ਵਾਲੀ ਗੱਲ ਔਰ ਇਹ ਬਿਲਕੁਲ ਤੁਸੀਂ ਦਰਿਆ ਦੇ ਵਿੱਚ ਵਸਦੇ ਹੋ ਹਾਂਜੀ ਦਰਿਆ ਦੇ ਵਿੱਚ ਕਿੰਨੇ ਕ ਘਰ ਹੈ ਇੱਥੇ ਨੇੜੇ ਤੇੜੇ ਕਿਹ ਹੈਗਾ 250 ਘਰ ਦੋ 250 ਘਰ ਹੈ ਹਾਂ ਔਰ ਸਾਰਿਆਂ ਦੇ ਪਸ਼ੂ ਵੀ ਰੱਖੇ ਹੋਏ ਡੰਗਰ ਵੀ ਰੱਖੇ ਹੋਏ ਆ ਗਿਆ ਜਾਂ ਤੇ ਵੀ ਮਕਾਨ ਚੋਰ ਚੋਕ ਖਰਾਬ ਹੋ ਗਏ بارش ਨਾਲ ਬਹੁਤ بارش ਨਾਲ ਮਕਾਨ ਖਰਾਬ ਹੋ ਗਏ ਹਾਂ ਬਰਾਹਲ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰਾਂ ਪਿੰਡ ਦੀਆਂ ਵੀ ਤੁਹਾਨੂੰ ਜ਼ਰੂਰ ਦਿਖਾਉਣਗੇ ਗਰਾਉਂਡ ਜ਼ੀਰੋ ਤੇ ਅਸੀਂ ਪਹੁੰਚੇ ਹਾਂ ਇਨ੍ਹਾਂ ਲੋਕਾਂ ਦਾ ਹਾਲ ਦੇਖਣ ਕਿ ਮੀਂਹ 2-3 ਦਿਨ ਜਦੋਂ ਪਿਆ ਉਸ ਤੋਂ ਬਾਅਦ ਹਾਲਾਤ ਕੀ ਬਣੇ ਨੇ ਜਦੋਂ ਡੈਮ ਤੋਂ ਪਾਣੀ ਛੱਡਿਆ ਗਿਆ ਸਤਲੁਜ ਦਾ ਪਾਣੀ ਚੜ੍ਹਿਆ ਜੇਕਰ ਹੋਰ ਪਾਣੀ ਛੱਡਦਾ ਤਾਂ ਸਭ ਤੋਂ ਪਹਿਲਾ ਖਤਰਾ ਇਨ੍ਹਾਂ ਪਿੰਡਾਂ ਨੂੰ ਹੈ ਸਾਹਮਣੇ ਪਿੰਡ ਹੈ ਔਰ ਇੱਥੇ ਦਰਿਆ ਵਗ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਾਹਮਣੇ 10 ਮੀਟਰ ਦੀ ਦੂਰੀ ਤੇ ਪਿੰਡ ਵੱਸਦਾ ਹੈ 2-250 ਦੇ ਕਰੀਬ ਇੱਥੇ ਘਰ ਦੱਸੇ ਜਾ ਰਹੇ ਨੇ ਕਿ ਇਸ ਪਿੰਡ ਦੇ ਵਿੱਚ ਘਰ ਨੇ ਔਰ ਸਭ ਤੋਂ ਪਹਿਲਾ ਖਤਰਾ ਇਨ੍ਹਾਂ ਲੋਕਾਂ ਨੂੰ ਹੈ ਸਾਹਮਣੇ ਜੋ ਪਪੂਲਰ ਲੱਗੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਆਉਂਦੇ ਸੀ ਪਰ ਹੁਣ ਡੁੱਬ ਗਏ ਆ ਇਹ ਸਾਰੀ ਪੈਲੀ ਜਿਹੜੀ ਹੈ ਡੁੱਬ ਗਈ ਹੈ ਦਰਿਆ ਸਤਲੁਜ ਦਾ ਪਾਣੀ ਤੁਸੀਂ ਦੇਖ ਰਹੇ ਹੋ ਪਿੱਛੇ ਪਿੰਡ ਨਵਾਂ ਖਹਿਰਾ ਬੇਟ ਲਗਭਗ 10 ਮੀਟਰ ਦੀ ਦੂਰੀ ਤੇ ਹੈ ਮਾਤਾ ਜੀ ਡਰ ਲੱਗ ਰਿਹਾ ਪਾਣੀ ਇੱਥੋਂ ਤਾਂ ਹੀ ਜਾੜਿਆ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਤਬਾ ਗਰੀਬ ਆ ਦਿਹਾੜੀ ਕਰੋ ਦਿਹਾੜੀ ਵੀ ਲੱਭਦੀ ਔਰ ਅਸੀਂ ਕਿਧਰ ਜਾਈਏ ਕੋਈ ਹਾਲ ਨਹੀਂ ਸਾ ਤਕਰੀਬਾ ਦਾ ਪੱਠਾ ਨੇਰਾ ਉਹ ਵੀ ਡੁੱਬ ਗਿਆ ਸਭ ਕੁਝ ਸਾਦਾ ਕੁਛ ਨਹੀਂ ਰਹਿ ਗਿਆ ਨਾ ਕੋਈ ਇਹ ਧਿਆੜੀ ਵੀ ਨਹੀਂ ਮਿਲਦੀ ਕੋਈ ਤੇ ਗਰੀਬ ਕੀ ਕਰੀਏ ਕਿਹੜੇ ਪਾਸੇ ਜਾਈਏ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੱਠਾ ਸਾਡੇ ਉਹ ਮਾਰੇ ਗੇ ਪਾਣੀ ਨਾਲ ਪਾਸੋਂ ਸਾਡੇ ਉਹ ਭੁੱਖੇ ਖੜੇ ਆ ਪਾਣੀ ਵਿੱਚ ਵਿੱਚ ਦਰਿਆ ਦੇ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ ਹੁਣ ਤਾਂ ਸਾਡਾ ਡੁੱਬਣ ਦਾ ਖਤਰਾ ਆ ਤੁਹਾਡਾ ਘਰ ਕਿੰਨੀ ਕੁ ਦੂਰ ਹੈ ਇਥੋਂ ਸਾਡਾ 10 ਕਿਲੋਮੀਟਰ ਦੂਰ ਆ ਕੋਲ ਦਰਿਆ ਸਾਡੇ ਵਗਦਾ ਜੇ ਮਾੜਾ ਜੇ ਬਾਹਰ ਆ ਗਿਆ ਤਾਂ ਸੱਡ ਡੁੱਬ ਜਾਣਾ ਸਾਡੇ ਪਸ਼ੂ ਵਿੱਚ ਆ ਜਾਣੇ ਆ ਪਾਣੀ ਦੇ ਇਹ ਡਰ ਬਣਿਆ ਹੋਇਆ ਔਰ ਥੋੜੀ ਥੋੜੀ ਫਸਲ ਫਸਲ ਸਾਡੀ ਡੁੱਬ ਗਈ ਦਰਿਆ ਨਾਲ ਸਾਰੇ ਪੱਠੇ ਪੁੱਠੇ ਜਿਹੜੇ ਪਸ਼ੂਆਂ ਲਈ ਬੀਜੇ ਸੀ ਸਾਰੇ ਡੁੱਬ ਗਏ ਹੁਣ ਪਸ਼ੂ ਸਾਡੇ ਉਹ ਭੁੱਖੇ ਖੜੇ ਆ ਹਾਂ ਸਭ ਕੁਝ ਡੁੱਬ ਗਿਆ ਅਸੀਂ ਬਣਦੇ ਅੰਦਰ ਵਾਰ ਜਿਹੜੀ ਦੋ ਦੋ ਕਨਾਲ ਜਮੀਨਾਂ ਅਸੀਂ ਦਰਿਆ ਦੇ ਅੰਦਰ ਵਰਸੇ ਉਹ ਸਾਰੇ ਪਾਣੀ ਨੇ ਡੁੱਬ ਗਏ ਪੱਠੇ ਰੋਗੇ ਕੋ ਨਕੀ ਮੁਕੀ ਬੀਜੀ ਹੋਈ ਹੋਇ ਡਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਟੀਵੀਆਂ ਤੇ ਦੇਖ ਕੇ ਜਾਂ ਫਿਰ ਸਿਰਫ ਘਰਾਂ ਦੇ ਵਿੱਚ ਬੈਠ ਕੇ ਸਾਨੂੰ ਉਹ ਅੰਦਾਜ਼ਾ ਨਹੀਂ ਹੁੰਦਾ ਗਰਾਊਂਡ ਜ਼ੀਰੋ ਦੀ ਰਿਪੋਰਟ ਹੈਗੀ ਹੈ ਕੈਮਰਾਮੈਨ ਇੱਕ ਵਾਰ ਫਿਰ ਤੋਂ ਤਸਵੀਰਾਂ ਤੁਹਾਨੂੰ ਦਿਖਾਉਣਗੇ ਪਿੱਛੇ ਦਰਿਆ ਵਗ ਰਿਹਾ ਔਰ ਫਸਲ ਇਹਨਾਂ ਦੀ ਜਿਹੜੀ ਹੈ ਸਾਰੀ ਡੁੱਬ ਗਈ ਹੈ ਇਹ ਪਿੰਡ ਤੱਕ ਦਰਿਆ ਜਿਹੜਾ ਪਹੁੰਚਿਆ ਹੈ ਪਿੰਡ ਜਿਹੜੀ ਫਸਲ ਹੈਗੀ ਹੈ ਉਹ ਡੁੱਬੀ ਹੈ ਔਰ ਪਿੰਡ ਵਾਸੀਆਂ ਨੂੰ ਇਹ ਡਰ ਹੈ ਕਿ ਜੇਕਰ ਹੋਰ ਥੋੜਾ ਦਰਿਆ ਚੜਦਾ ਤਾਂ ਪਿੱਛੇ 10 ਮੀਟਰ ਤੇ ਵਸਦਾ ਇਹਨਾਂ ਦਾ ਪਿੰਡ ਜਿਹੜਾ ਉਹ ਡੁੱਬਣ ਦਾ ਬਿਲਕੁਲ ਖਤਰਾ ਹੈ ਇਹ ਲੋਕ ਜਿਹੜੇ ਨੇ ਇਹ ਡਰ ਦੇ ਮਾਹੌਲ ਨੇ ਤੁਹਾਨੂੰ ਆ ਕੇ ਕਿਹਾ ਕਿ ਤੁਸੀਂ ਇੱਥੋਂ ਖਾਲੀ ਖੁੱਲੀ ਕਰ ਦਿਓ ਕਿਸੇ ਨੇ ਤੁਹਾਨੂੰ ਕਿਸੇ ਨੇ ਕਿਹਾ ਕਿਸੇ ਨੇ ਨਹੀਂ ਕਿਹਾ ਲੈ ਕਿਹਾ ਤੁਹਾਨੂੰ ਕਿਸੇ ਵੀ ਸੋ ਇਹ ਇੱਥੇ ਜਾਈਏ ਸਾਥ ਥਾਈ ਕੋਈ ਨਹੀਂ ਜਾਈਏ ਕਿੱਥੇ ਇੱਥੇ ਜਾਣਾ ਹੋਰ ਸਾਥ ਥਾਈ ਕਿਤੇ ਨਹੀਂ ਬਿਨਾਂ ਬਾਹਰ ਕੋਈ ਜ਼ਮੀਨ ਨਹੀਂ ਦਿੰਦਾ ਵੀ ਕੋਠਾ ਨੂੰ ਕੁਝ ਪੈੜੀ ਦੇਵੇ ਅਸੀਂ ਜਾ ਕੇ ਬਾਹਰ ਪੜਾ ਲਈਏ ਥਾ ਬਾਂਦੇ ਲਾਗੇ ਬੈਠੋ ਉਹ ਵੀ ਸਾਨੂੰ ਆਂਦਣ ਵੀ ਉੱਠੋ ਬਰਨ ਵਾਲੇ ਵੀ ਸਾਨੂੰ ਕੋਠੈ ਨਹੀਂ ਮਿਲ ਸਕਦੀ ਅਸੀਂ ਕਿੱਧਰ ਜਾਈਏ ਇਸ ਕਰਕੇ ਇੱਥੇ ਦਰਿਆ ਦੇ ਨੇੜੇ ਰਹਿਣੇ ਹਾਂ ਹਾਂ ਦਰਿਆ ਕੇ ਸਾਨੂੰ ਥਾਂ ਕਿੱ데 ਇਹਦੇ ਬਿਲੇ ਬਾਹਰ ਤਾਂ ਅਸੀਂ ਬਣਾ ਸਕਣਾ ਥਾ ਸਾਨੂੰ ਕੋਈ ਨਵੇਂ ਘਰ ਥਾਂ ਨਹੀਂ ਮਿਲਦੀ ਹਾਂ ਉਸ ਲਈ ਤਾਂ ਕਹਿੰਦੇ ਹਾਂ ਉਸ ਲਈ ਕਹਿੰਦੇ ਬੰਦ ਤੋਂ ਬਾਹਰ ਤੋਂ ਪਿੰਡ ਬਣਾਵਾਂਗੇ ਜਦੋਂ ਵੋਟਾਂ ਪਾ ਦੇਣੇ ਕੋਈ ਨਹੀਂ ਆਣ ਕੇ ਗੱਲ ਸੁਣਦਾ ਆ ਪਹਿਲੋ ਸਾਡੀ ਇਹੋ ਹੀ ਮੰਗ ਆ ਵੀ ਸਾਡੇ ਪਿੰਡ ਦੀ ਥਾਂ ਬਣਨੀ ਚਾਹੀਦੀ ਹੈ ਅਸੀਂ ਇੱਥੇ ਡੁੱਬ ਜਾਣਾ ਜਦੋਂ ਮਾੜਾ ਜੀ ਪਾਣੀ ਆਉਂਦਾ ਹੈ ਇਹ ਦਰਦ ਹੈ ਨੂੰ ਸਮਝਣਾ ਪਊਗਾ ਸਰਕਾਰਾਂ ਤੱਕ ਵੀ ਇਹ ਮੈਸੇਜ ਜਾਣ ਦੀ ਲੋੜ ਹੈ ਕਿ ਜਿਹੜੀ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ ਉਹਦੀ ਸ਼ੁਰੂਆਤ ਇੱਥੋਂ ਜ਼ਰੂਰ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਸ਼ੈਂਕੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਫਲੋਰ ਆ ਗਿਆ ਹੈ ਬੱਲੇ ਬੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ 뮤직 ਟੀਵੀ ਚੈਨਲ